ਜਿਹੜੇ ਨੋਟੀਫਿਕੇਸ਼ਨ ਪੰਜਾਬ ਮੰਡੀ ਬੋਰਡ ਨੇ ਲਏ ਸੀ ਕਿ ਮਾਰਕੀਟ ਕਮੇਟੀਆਂ ਦੇ ਜਿਹੜੇ ਖਰੀਦ ਕੇਂਦਰ ਨੇ ਉਹ ਸਾਈਲੋ ਪਲਾਂਟ ਹੋਣਗੇ, ਪੰਜਾਬ ਮੰਡੀ ਬੋਰਡ ਨੇ ਉਹ ਜਿਹੜੇ ਨੋਟੀਫਿਕੇਸ਼ਨ ਜਾਰੀ ਕੀਤੇ ਸੀ ਉਹ ਵਾਪਿਸ ਲਏ ਹਨ। ਕਿਉਂਕਿ ਸਰਕਾਰ ਦੇ ਮਨ ਦੇ ਵਿੱਚ ਪਹਿਲਾਂ ਤਾਂ ਵੱਡਾ ਭੁਲੇਖਾ ਇਹਦੀ ਵੀ ਇਹਨਾਂ ਦਾ ਕਿਸਾਨਾਂ ਨੂੰ ਪਤਾ ਨਹੀਂ ਲੱਗਣਾ, ਪਰ ਸਰਕਾਰ ਨੇ ਇਹ ਗੱਲ ਨੂੰ ਨਹੀਂ ਵਿਚਾਰਿਆ ਵੀ ਇਹਨਾਂ ਸੈਲੋ ਗੋਦਾਮਾਂ ਦੇ ਪਿੱਛੇ ਦਿੱਲੀ ਦੇ ਮੋਰਚੇ ਦੇ ਵਿੱਚ 780 ਕਿਸਾਨਾਂ ਦੀ ਸ਼ਹੀਦੀ ਹੋਈ। ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਲੈ ਲਿਆ ਵੀ ਚੰਡੀਗੜ੍ਹ ਦੇ ਵਿੱਚ ਸਰਕਾਰ ਨੂੰ ਘੇਰਾਂਗੇ, ਵੱਡਾ ਇਕੱਠ ਕਰਾਂਗੇ। ਜਦੋਂ ਇਹ ਗੱਲਾਂ ਸਰਕਾਰ ਤੱਕ ਪਹੁੰਚੀਆਂ ਨੇ ਤਾਂ ਸਰਕਾਰ ਨੂੰ ਝੁਕਣਾ ਪਿਆ, ਪਰ ਜੇ ਉਹ ਕਾਰਪੋਰੇਟ ਘਰਾਣਿਆਂ ਨੂੰ ਦੇਤਾ ਤਾਂ ਉਹਦਾ ਨੁਕਸਾਨ ਕੀ ਹੋਣਾ? ਲੋਕਾਂ ਨੂੰ ਪੈਕਟਾਂ ਦੇ ਵਿੱਚ ਆਟਾ ਦਿੱਤਾ ਜਾਣਾ ਹੈ, ਕਿਉਂਕਿ ਉਹਨਾਂ ਦਾ ਕਹਿਣਾ ਵੀ ਆ ਸਾਡੀ ਮੋਹਰ ਲੱਗੀ ਹੋਈ ਆਟਾ ਦਾ ਭਾਈ ਸਾਨੂੰ 100 ਰੁਪਏ ਕਿਲੋ ਹੀ ਮਿਲੂਗਾ। ਸਾਡੇ ਮਜ਼ਦੂਰ ਨੇ ਉਹਨਾਂ ਦਾ ਵੱਡਾ ਨੁਕਸਾਨ ਹੋ ਜਾਣਾ ਸੀ, ਪੰਜਾਬ ਦੇ ਵਿੱਚ ਤਬਾਹੀ ਮੱਚ ਜਾਂਦੀ ਇਸ ਗੱਲ ਦੀ। ਇਸ ਕਰਕੇ ਜੇ ਸਰਕਾਰ ਨੇ ਫੈਸਲਾ ਲਿਆ ਇਸ ਗੱਲ 'ਤੇ ਸਰਕਾਰ ਨੂੰ ਇਹ ਕਹਿ ਰਿਹਾ ਵੀ ਸਰਕਾਰ ਦੀ ਸੁੱਤੀ ਪਈ ਨੀਂਦ ਆ ਜਿਹੜੀ ਉਹ 'ਚ ਜਾਗੀ ਆ, ਕਿਉਂਕਿ ਜਿੱਥੇ ਸਾਡੇ 780 ਕਿਸਾਨ ਸ਼ਹੀਦ ਹੋ ਗਏ ਉਹਨਾਂ ਦੀ ਸ਼ਹੀਦੀ ਨੂੰ ਇਹਨਾਂ ਨੇ ਪੈਰਾਂ 'ਚ ਰੋੜਤਾ ਸੀ, ਅੱਜ ਉਹ ਸ਼ਹੀਦੀ ਜਿਹੜੀ ਹੈਗੀ ਆ ਉਹਨੂੰ ਫਲ ਆਇਆ, ਉਹਨੂੰ ਬੂਰ ਆਇਆ। ਜੇ ਇਹ ਕਿਤੇ ਨਾ ਇਹ ਗੱਲ ਕਰਦੇ ਤਾਂ ਵੱਡੇ ਸੰਘਰਸ਼ ਹੋਣੇ ਅਤੇ ਤੂਫਾਨ ਆ ਜਾਣ ਦੀ ਪੰਜਾਬ ਦੇ ਵਿੱਚ ਇਸ ਗੱਲ। ਸੈਂਟਰਲ ਪੰਜਾਬ ਟੀਵੀ 'ਤੇ ਤੁਹਾਡਾ ਸਵਾਗਤ ਹੈ, ਮੈਂ ਅਮਨਦੀਪ ਸਿੰਘ ਮਾਝਾ। ਪੰਜਾਬ ਮੰਡੀ ਬੋਰਡ ਨੇ ਮਾਰਕੀਟ ਕਮੇਟੀਆਂ ਨੂੰ ਸੈਲੋ ਪਲਾਂਟਾਂ ਨਾਲ ਜੋੜਿਆ ਸੀ, ਯਾਨੀ ਕਿ ਮਾਰਕੀਟ ਕਮੇਟੀਆਂ ਦੇ ਖਰੀਦ ਕੇਂਦਰ ਬਣਾਏ ਸੀ ਸੈਲੋ ਪਲਾਂਟ, ਪਰ ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਭਾਰਤੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਵੱਖੋ ਵੱਖਰੇ ਪ੍ਰਦਰਸ਼ਨ ਕੀਤੇ, ਵੱਖੋ ਵੱਖਰੇ ਤਰੀਕੇ ਨਾਲ ਵੱਡੇ ਐਲਾਨ ਕੀਤੇ ਕਿ ਅਸੀਂ ਪ੍ਰਦਰਸ਼ਨ ਕਰਾਂਗੇ। ਸੈਲੋ ਪਲਾਂਟਾਂ ਨੂੰ ਕਿਉਂ ਜੋੜਿਆ ਗਿਆ, ਖਰੀਦ ਕੇਂਦਰ ਬਣਾਇਆ ਗਿਆ ਮਾਰਕੀਟ ਕਮੇਟੀਆਂ ਦੇ, ਯਾਨੀ ਕਿ 9 ਸੈਲੋ ਪਲਾਂਟਾਂ ਨੂੰ 9 ਮਾਰਕੀਟ ਕਮੇਟੀਆਂ ਨਾਲ ਜੋੜਿਆ ਗਿਆ ਸੀ 9 ਜ਼ਿਲ੍ਹਿਆਂ ਦੇ ਵਿੱਚ। ਉਸ ਤੋਂ ਬਾਅਦ ਲਗਾਤਾਰ ਪ੍ਰਦਰਸ਼ਨਾਂ ਨੂੰ ਦੇਖਦੇ ਤੁਹਾਨੂੰ ਵੱਡੀ ਜਾਣਕਾਰੀ ਦਿੰਦੇ ਹਾਂ ਕਿ ਪੰਜਾਬ ਮੰਡੀ ਬੋਰਡ ਨੇ ਉਹ ਜਿਹੜੇ ਨੋਟੀਫਿਕੇਸ਼ਨ ਜਾਰੀ ਕੀਤੇ ਸੀ ਉਹ ਵਾਪਿਸ ਲਏ ਹਨ। ਜਿਹੜੇ ਨੋਟੀਫਿਕੇਸ਼ਨ ਪੰਜਾਬ ਮੰਡੀ ਬੋਰਡ ਨੇ ਲਏ ਸੀ ਕਿ ਮਾਰਕੀਟ ਕਮੇਟੀਆਂ ਦੇ ਜਿਹੜੇ ਖਰੀਦ ਕੇਂਦਰ ਨੇ ਉਹ ਸਾਈਲੋ ਪਲਾਂਟ ਹੋਣਗੇ, ਕਿਸਾਨ ਸਾਈਲੋ ਪਲਾਂਟ 'ਚ ਜਾ ਕੇ ਆਪਣੀ ਫਸਲ ਵੇਚ ਸਕਦਾ ਹੈ, ਪਰ ਉਸ ਤੋਂ ਬਾਅਦ ਵਿਰੋਧਤਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ, ਯਾਨੀ ਕਿ ਅੰਮ੍ਰਿਤ ਕੌਰ ਗਿੱਲ IAS ਸਕੱਤਰ ਪੰਜਾਬ ਮੰਡੀ ਬੋਰਡ ਨੇ, ਪਹਿਲਾਂ ਉਹਨਾਂ ਨੇ 15 ਮਾਰਚ ਨੂੰ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਇਹ ਮਾਰਕੀਟ ਕਮੇਟੀਆਂ ਦੇ ਨਾਲ ਸਾਈਲੋ ਪਲਾਂਟ ਜੋੜੇ ਗਏ ਨੇ, ਪਰ ਉਸ ਤੋਂ ਬਾਅਦ 2 ਅਪ੍ਰੈਲ ਨੂੰ ਯਾਨੀ ਕਿ ਕੱਲ੍ਹ ਸ਼ਾਮੀ ਇੱਕ ਪੱਤਰ ਜਾਰੀ ਹੋਇਆ ਜਿਸ ਵਿੱਚ ਉਹਨਾਂ ਕਿਹਾ ਕਿ ਜਾਰੀ ਕੀਤੀਆਂ ਨੋਟੀਫਿਕੇਸ਼ਨਾਂ ਤੁਰੰਤ ਪ੍ਰਭਾਵ ਨਾਲ ਵਾਪਿਸ ਲਈਆਂ ਜਾਂਦੀਆਂ ਹਨ, ਯਾਨੀ ਕਿ ਨੋਟੀਫਿਕੇਸ਼ਨ ਉਹ ਰੱਦ ਕਰ ਦਿੱਤੇ ਹਨ ਕਿ ਜਿਹੜੇ ਮਾਰਕੀਟ ਕਮੇਟੀ ਖਰੀਦ ਕੇਂਦਰ ਸਾਈਲੋ ਪਲਾਂਟ ਬਣਾਏ ਸੀ ਉਹ ਅਸੀਂ ਨੋਟੀਫਿਕੇਸ਼ਨਾਂ ਵਾਪਸ ਲੈਂਦੇ ਹਾਂ। ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਕਨਵੀਨਰ ਹਰਮੇਲ ਸਿੰਘ ਤੁੰਗਾ ਮੌਜੂਦ ਨੇ। ਤੁੰਗਾ ਸਾਹਿਬ, ਕਿਵੇਂ ਦੇਖਦੇ ਹੋ ਸਾਰੇ ਸਿਸਟਮ ਨੂੰ, ਕਿਉਂਕਿ ਪਹਿਲਾਂ ਪੰਜਾਬ ਮੰਡੀ ਬੋਰਡ ਨੇ ਨੋਟੀਫਿਕੇਸ਼ਨ ਜਾਰੀ ਕੀਤੇ ਜੀ ਕਿ ਜਿਹੜੇ ਖਰੀਦ ਕੇਂਦਰ ਨੇ ਉਹ ਸਾਈਲੋ ਪਲਾਂਟ ਬਣਾਏ ਜਾਣਗੇ 9 ਖਰੀਦ ਕੇਂਦਰ, ਕਿਵੇਂ ਦੇਖਦੇ ਹੋ ਸਾਰੇ ਮਾਮਲੇ ਨੂੰ? ਜਿਹੜੇ ਸੈਲੋ ਗੋਦਾਮ ਸੀਗੇ ਇਹ ਸਰਕਾਰ ਨੇ ਮੰਡੀਆਂ ਨਾਲ ਜੋੜੇ ਨੇ 15 ਤਰੀਕ ਨੂੰ, ਕਿਉਂਕਿ ਸਰਕਾਰ ਦੇ ਮਨ ਦੇ ਵਿੱਚ ਪਹਿਲਾਂ ਤਾਂ ਵੱਡਾ ਭੁਲੇਖਾ ਇਹਦੀ ਵੀ ਇਹਨਾਂ ਦਾ ਕਿਸਾਨਾਂ ਨੂੰ ਪਤਾ ਨਹੀਂ ਲੱਗਣਾ, ਪਰ ਸਰਕਾਰ ਨੇ ਇਹ ਗੱਲ ਨੂੰ ਨਹੀਂ ਵਿਚਾਰਿਆ ਵੀ ਇਹਨਾਂ ਸੈਲੋ ਗੋਦਾਮਾਂ ਦੇ ਪਿੱਛੇ ਦਿੱਲੀ ਦੇ ਮੋਰਚੇ ਦੇ ਵਿੱਚ 780 ਕਿਸਾਨਾਂ ਦੀ ਸ਼ਹੀਦੀ ਹੋਈ ਆ ਇਹਨਾਂ ਨੂੰ ਰੱਦ ਕਰਾਉਣ ਵਾਸਤੇ, ਪਰ ਸਰਕਾਰ ਨੇ ਚੁਬਕੇ ਇਸ ਨੂੰ ਲਾਗੂ ਕੀਤਾ। ਜਦੋਂ ਇਹ ਗੱਲ ਜਥੇਬੰਦੀਆਂ ਵਿੱਚ ਪਹੁੰਚ ਗਈ ਤਾਂ ਜਥੇਬੰਦੀਆਂ ਦੀਆਂ ਮੀਟਿੰਗਾਂ ਹੋਣੀਆਂ ਸ਼ੁਰੂ ਹੋਈਆਂ। ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਲੈ ਲਿਆ ਵੀ ਚੰਡੀਗੜ੍ਹ ਦੇ ਵਿੱਚ ਸਰਕਾਰ ਨੂੰ ਘੇਰਾਂਗੇ, ਵੱਡਾ ਇਕੱਠ ਕਰਾਂਗੇ। ਜਦੋਂ ਇਹ ਗੱਲਾਂ ਸਰਕਾਰ ਤੱਕ ਪਹੁੰਚੀਆਂ ਨੇ ਤਾਂ ਸਰਕਾਰ ਨੂੰ ਝੁਕਣਾ ਪਿਆ। ਚੰਗੀ ਗੱਲ ਇਹ ਵੀ ਸਰਕਾਰ ਸਮੇਂ 'ਤੇ ਸਮਝ ਚੁੱਕੀ ਆ ਇਸ ਗੱਲ ਨੂੰ, ਕਹਿੰਦਾ ਜਿਹੜਾ ਉਹਨੂੰ ਭੁੱਲਿਆ ਨਾ ਜਾਣੀ ਜਿਹੜਾ ਸ਼ਾਮ ਨੂੰ ਘਰ ਆ ਜਾਏ, ਪਰ
ਇੱਥੇ ਜਿਹੜਾ ਰਵੱਈਆ ਸੀਗਾ ਸਾਡੀ ਪੰਜਾਬ ਸਰਕਾਰ ਦਾ, ਇਹ ਉਹ ਰਵੱਈਆ ਸੀਗਾ ਵੀ ਮੋਦੀ ਦੇ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਵੱਡਾ ਰੋਲ ਸੀਗਾ ਇਹ, ਪਰ ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਸਰਕਾਰ ਨੂੰ ਪਿੱਛਾ ਮੁੜਨਾ ਪਿਆ, ਕਿਉਂਕਿ ਮੁੜਨਾ ਪੈਣਾ ਸੀ ਅੱਜ ਨਹੀਂ ਤਾਂ ਕੱਲ੍ਹ, ਇੱਕ ਦਿਨ ਮੁੜਨਾ ਹੀ ਪੈਣਾ ਸੀ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਤਾਂ ਇਹ ਵੀ ਐਲਾਨ ਕਰਤਾ ਸੀ ਤੁੰਗਾ ਸਾਹਿਬ ਕਿ ਅਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਘੇਰਾਂਗੇ ਜੀ ਵੋਟਾਂ 'ਚ, ਜੇ ਇਹ ਐਵੇਂ ਦਾ ਸਿਸਟਮ ਚੱਲੂਗਾ, ਐਵੇਂ ਸਾਈਲੋ ਪਲੈਂਟਾਂ ਨੂੰ ਖਰੀਦ ਕੇਂਦਰ ਬਣਾਇਆ ਜਾਊਗਾ, ਕਿਤੇ ਨਾ ਕਿਤੇ ਇਹ ਵੀ ਗੱਲ ਆ ਗਈ ਸੀ। ਬਿਲਕੁਲ, ਇਹ ਅਸੀਂ ਵੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਜਿਹੜੀ ਸੂਬੇ ਦੀ ਮੀਟਿੰਗ ਆ ਉਹਦੇ ਵਿੱਚ ਅਸੀਂ ਸਾਰੇ ਸਾਡੇ ਆਗੂਆਂ ਸਾਹਿਬਾਨਾਂ ਨੂੰ ਇਹ ਕਿਹਾ ਵੀ ਆਮ ਆਦਮੀ ਪਾਰਟੀ ਦਾ ਬੰਦਾ ਪਿੰਡਾਂ 'ਚ ਨਾ ਵੜ ਜਾਏ ਅੱਜ ਤੋਂ ਬਾਅਦ, ਕਿਉਂਕਿ ਜਦੋਂ ਇਹ ਵਿਰੋਧ ਉੱਠ ਗੜਿਆ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਫਿਰ ਝੁਕੇ ਨੇ, ਪਰ ਇਹਦਾ ਨੁਕਸਾਨ ਕਿੱਡਾ ਹੋਣਾ ਸੀ, ਸਾਡੇ ਪੱਲੇਦਾਰ ਨੇ ਜਿਹੜੇ ਮਜ਼ਦੂਰ ਮੰਡੀਆਂ 'ਚ ਕੰਮ ਕਰਦੇ ਨੇ ਉਹ ਭੁੱਖੇ ਮਰ ਜਾਣੇ, ਅਤੇ ਸਾਡਾ ਟਰੱਕ ਯੂਨੀਅਨ ਉਹ ਖਰਾਬ ਹੋ ਜਾਣਾ ਸੀਗਾ, ਟੁੱਟ ਜਾਣਾ ਸੀਗਾ, ਅਤੇ ਦੂਜੇ ਪਾਸੇ ਜਿਹੜੀ ਕਿਸਾਨ ਨੂੰ ਅੱਜ ਤਾਂ ਉਹ 2 ਰੁਪਏ ਵੱਧ ਵੀ ਦੇ ਦਿੰਦੇ, ਆਉਣ ਵਾਲੇ ਸਮੇਂ 'ਚ ਮੰਡੀ ਨੂੰ ਖਤਮ ਕਰਕੇ ਅਤੇ ਇਹਨਾਂ ਨੇ ਮਨ ਮਰਜ਼ੀ ਦੇ ਭਾਅ ਫਸਲਾਂ ਖਰੀਦਣੀਆਂ ਅਤੇ ਅਸੀਂ ਲੋਕਾਂ ਨੂੰ ਸਮਝਾਉਣਾ ਸ਼ੁਰੂ ਕਰਤਾ ਸੀ। ਯਾਨੀ ਕਿ ਇਕੱਲਾ ਕਿਸਾਨ ਦਾ ਨੁਕਸਾਨ ਨਹੀਂ ਸੀ, ਜਿਵੇਂ ਤੁਸੀਂ ਦੱਸਦੇ ਹੋ ਵੀ ਉੱਥੇ ਲੇਬਰ ਵਾਲੇ ਜੀ, ਟਰੱਕਾਂ ਵਾਲੇ ਜੀ, ਬਹੁਤ ਮਤਲਬ ਵਰਗ ਪ੍ਰਭਾਵਿਤ ਹੋਣੇ ਸੀ। ਬਿਲਕੁਲ ਜੀ ਬਿਲਕੁਲ, ਇਹਦੇ ਨਾਲ ਤਾਂ ਬਹੁਤ ਵੱਡਾ ਆਪਣੇ ਪੰਜਾਬ ਨੂੰ ਘਾਟਾ ਪੈਣਾ ਸੀ, ਬਹੁਤ ਵੱਡਾ ਵਰਗ ਤਬਾਹ ਹੋਣਾ ਸੀ, ਜੇ ਹੋਣਾ ਵੀ ਸਿਰ 'ਤੇ ਨੇ, ਸਾਨੂੰ ਤਾਂ ਇਹਨਾਂ ਨੇ ਵੜਨ ਦੇਣਾ, ਇਸ ਚੀਜ਼ ਨੂੰ ਦੇਖਦੇ ਇਹਨਾਂ ਨੇ ਫੈਸਲਾ ਆਪਦਾ ਵਾਪਸ ਲਿਆ। ਜਿਹੜੀ ਅਮਰਿਤ ਕੌਰ ਗਿੱਲ ਇਹਨੇ ਇਹ ਲੈਟਰ ਜਾਰੀ ਕੀਤਾ ਸੀ, ਇਸ ਨੇ ਇਹ ਵਾਪਸ ਲਿਆ, ਸਰਕਾਰ ਲਊਗੀ ਤਾਂ ਕਿਸਾਨ ਕਦੇ ਵੀ ਅੰਦਰ ਨਹੀਂ ਬੈਠਣਗੇ, ਕਿਸਾਨ ਸੜਕਾਂ 'ਤੇ ਨੇ, ਕਿਸਾਨ ਬਹੁਤ ਦੁਖੀ ਹੋਏ ਨੇ, ਸਰਕਾਰ ਇਹੋ ਜਿਹੇ ਫੈਸਲਿਆਂ ਤੋਂ ਗਰੇਜ ਕਰੇ, ਕਿਉਂਕਿ ਕਿਸਾਨਾਂ ਦਾ ਰੋਹ ਸਰਕਾਰ ਤੋਂ ਝੱਲਿਆ ਨਹੀਂ ਜਾਣਾ, ਕਿਸਾਨ ਬਹੁਤ ਅੱਕੇ ਹੋਏ ਨੇ ਇਸ ਟਾਈਮ, ਕਿਹਾ ਜਾ ਵੀ ਫੈਸਲਾ ਕਦੋਂ ਵੀ ਲੈ ਸਕਦੇ ਨੇ। ਬਿਲਕੁਲ, ਪਰ ਤੁੰਗਾ ਸਾਹਿਬ ਇਹ ਵੀ ਗੱਲ ਸਾਹਮਣੇ ਆਉਂਦੀ ਸੀ ਕਿ ਖਰੀਦ ਕੇਂਦਰ ਬਣਾਏ ਨੇ ਜੀ, ਪਹਿਲਾਂ ਵੀ ਖਰੀਦ ਕੇਂਦਰ ਨੇ ਪਿੰਡਾਂ 'ਚ, ਖੁੱਲ੍ਹੀਆਂ ਮੰਡੀਆਂ ਨੇ, ਜੇ ਸਾਈਲੋ ਪਲਾਂਟ ਖਰੀਦ ਕੇਂਦਰ ਬਣਾ ਦੇ ਤਾਂ ਕੀ ਹੋ ਗਿਆ ਸੀ, ਕੋਈ ਗੱਲ ਨਹੀਂ ਕਿਸਾਨ ਉੱਥੇ ਵੀ ਵੇਚ ਸਕਦੇ ਤੇ, ਮਤਲਬ ਇਹ ਗੱਲ ਇੱਕ ਪੱਖ ਇਹ ਸਾਹਮਣੇ ਆ ਰਿਹਾ ਸੀ। ਇਹਦੇ ਵਿੱਚ ਇਹ ਫਰਕ ਸੀ ਜੀ, ਮੈਂ ਸੀਟਾਂ ਵਾਲੀ ਮੰਡੀ ਦੀ ਮੈਂ ਗੱਲ ਕਰਾਂ, ਪਿਛਲੇ ਸਾਲ ਸੀਟਾਂ ਵਾਲੇ ਮੰਡੀ ਦੇ ਵਿੱਚ ਕਹਿੰਦੇ ਵਾਰਦਾਨਾ ਨਹੀਂ ਭੇਜਣਾ ਹੈਗਾ, ਤੁਸੀਂ ਸਿੱਧੀਆਂ ਸੈਲੋ 'ਚ ਲੈ ਕੇ ਜਾਓ, ਉਹ ਗਲਤਾ ਸਰਕਾਰ ਕਿਸਾਨ ਤੋਂ ਖਰੀਦ ਕਰੇ, ਉਹਨੂੰ ਜਿੱਥੇ ਮਰਜ਼ੀ ਭੇਜੇ ਸਾਡਾ ਕੋਈ ਇਤਰਾਜ਼ ਨਹੀਂ ਨਾ, ਪਰ ਜੇ ਕਿਸਾਨ ਨੂੰ ਸਿੱਧਾ ਉੱਧਰ ਜੋੜਦੀ ਹੈ ਤਾਂ ਮੰਡੀਆਂ ਬੰਦ ਕਰਨ ਵਾਲਾ ਉਹ ਕਾਲੇ ਕਾਨੂੰਨਾਂ ਦਾ ਇੱਕ ਹਿੱਸਾ ਲਾਗੂ ਕਰਨਾ ਚਾਹੁੰਦੇ ਤੇ, ਇਸ ਕਰਕੇ ਸਾਡਾ ਵਿਰੋਧ ਆ ਵੀ ਸਰਕਾਰ ਖਰੀਦ ਕਰੇ ਕਿਸਾਨਾਂ ਤੋਂ, ਜਦੋਂ ਸਾਨੂੰ ਲੋੜ ਪੈਂਦੀ ਆ ਵਕਤ ਆਉਂਦਾ ਤਾਂ ਉਸੇ ਰੇਟ 'ਤੇ ਸਰਕਾਰ ਉਹ ਸਾਡਾ ਅਨਾਜ ਮੁਹੱਈਆ ਕਰਾਵੇ ਸਾਨੂੰ, ਕਿਉਂਕਿ ਇਹ ਸਿਸਟਮ ਦੇ ਨਾਲ ਤਾਂ ਲੋਕ ਚੱਲ ਰਹੇ ਨੇ ਹੁਣ ਤੱਕ ਅਤੇ ਚੱਲਣਗੇ ਵੀ, ਪਰ ਜੇ ਉਹ ਕਾਰਪੋਰੇਟ ਘਰਾਣਿਆਂ ਨੂੰ ਦੇਤਾ ਤਾਂ ਉਹਦਾ ਨੁਕਸਾਨ ਕੀ ਹੋਣਾ, ਕਿਸਾਨਾਂ ਤੋਂ ਤਾਂ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਕਣਕ ਬਹੁਤ ਘੱਟ ਰੇਟ 'ਤੇ ਖਰੀਦੀ ਜਾ, ਪਰ ਲੋਕਾਂ ਨੂੰ ਪੈਕਟਾਂ ਦੇ ਵਿੱਚ ਆਟਾ ਦਿੱਤਾ ਜਾਣਾ ਇਹ, ਕਿਉਂਕਿ ਉਹਨਾਂ ਦਾ ਕਹਿਣਾ ਵੀ ਆ ਸਾਡੀ ਮੋਹਰ ਲੱਗੀ ਹੋਈ ਆ ਆਟਾ ਦਾ, ਭਾਈ ਤੁਹਾਨੂੰ 100 ਰੁਪਏ ਕਿਲੋ ਹੀ ਮਿਲੂਗਾ, ਜਿਹੜੇ ਬੇਜ਼ਮੀਨੇ ਲੋਕ ਨੇ ਸਾਡੇ ਸ਼ਹਿਰਾਂ 'ਚ ਰਹਿੰਦੇ ਨੇ, ਨੌਕਰੀਆਂ ਕਰਦੇ ਨੇ, ਸਾਡੇ ਮਜ਼ਦੂਰ ਨੇ, ਉਹਨਾਂ ਦਾ ਵੱਡਾ ਨੁਕਸਾਨ ਹੋ ਜਾਣਾ ਸੀ, ਪੰਜਾਬ ਦੇ ਵਿੱਚ ਤਬਾਹੀ ਮੱਚ ਜਾਂਦੀ ਇਸ ਗੱਲ ਦੀ। ਇਸ ਕਰਕੇ ਜੇ ਸਰਕਾਰ ਨੇ ਫੈਸਲਾ ਲਿਆ ਇਸ ਗੱਲ 'ਤੇ, ਸਰਕਾਰ ਨੂੰ ਇਹ ਕਹਿੰਦੇ ਆ ਵੀ ਸਰਕਾਰ ਦੀ ਸੁੱਤੀ ਪਈ ਨੀਂਦ ਆ ਜਿਹੜੀ ਉਹ 'ਚੋਂ ਜਾਗੀ ਆ, ਜਾਗਣ ਦੀ ਲੋੜ ਵੀ ਸੀਗੀ, ਉਹਨੂੰ ਜਗਾਉਣ ਵਾਸਤੇ ਦਿਨ ਰਾਤ ਕਿਸਾਨ ਸੜਕਾਂ 'ਤੇ ਨੇ, ਆਪਦਾ ਕੰਮ ਕਾਰ ਛੱਡ ਕੇ ਸਰਕਾਰ ਨੂੰ ਜਗਾਉਣ ਵਾਸਤੇ ਫਿਰਦੇ ਨੇ ਕਿਸਾਨ। ਯਾਨੀ ਕਿ ਫਿਰ ਵੀ ਕਿਸਾਨ ਸਮੇਂ ਸਿਰ ਜਾਗ ਪਈ, ਇਹ ਕਹਿਣਾ ਚਾਹੁੰਦੇ ਹੋ ਤੁਸੀਂ? ਹਾਂ ਬਿਲਕੁਲ, ਕਿਸਾਨ ਵੀ ਸਮੇਂ ਸਿਰ ਜਾਗੇ ਹੋਏ ਨੇ, ਤਾਂ ਸਮੇਂ ਤੋਂ ਵੀ ਪਹਿਲਾਂ ਜਾਗੇ ਹੋਏ ਸਾਨੂੰ ਪਤਾ, ਪਰ ਸਰਕਾਰ ਸਿਰ ਜਾਗ ਪਈ, ਚੰਗੀ ਗੱਲ। ਠੀਕ ਹੈ, ਨਹੀਂ ਵਿਰੋਧ ਤਾਂ ਹੋਣੀ ਸੀ, ਜਿਵੇਂ ਤੁਸੀਂ ਐਲਾਨ ਕੀਤਾ ਸੀ ਕਿ ਚੰਡੀਗੜ੍ਹ ਜਾਵਾਂਗੇ ਜੀ, ਵੱਡੇ ਪ੍ਰਦਰਸ਼ਨ ਕਰਾਂਗੇ ਉੱਥੇ, ਆਰ ਪਾਰ ਦੀ ਲੜਾਈ ਸੀ ਜੀ ਹੁਣ ਇਹ, ਕਿਉਂਕਿ ਜਿੱਥੇ ਸਾਡੇ 780 ਕਿਸਾਨ ਸ਼ਹੀਦ ਹੋ ਗਏ ਉਹਨਾਂ ਦੀ ਸ਼ਹੀਦੀ ਨੂੰ ਇਹਨਾਂ ਨੇ ਪੈਰਾਂ 'ਚ ਰੋੜਤਾ ਸੀ, ਅੱਜ ਉਹ ਸ਼ਹੀਦੀ ਜਿਹੜੀ ਹੈਗੀ ਆ ਉਹਨੂੰ ਫਲ ਆਇਆ, ਉਹਨੂੰ ਬੂਰ ਆਇਆ, ਜੇ ਕਿਤੇ ਨਾ ਇਹ ਗੱਲ ਕਰਦੇ ਤਾਂ ਵੱਡੇ ਸੰਘਰਸ਼ ਹੋਣੇ ਤੇ
ਤੂਫਾਨ ਆ ਜਾਣ ਦੀ ਪੰਜਾਬ ਦੇ ਵਿੱਚ ਇਸ ਗੱਲ 'ਤੇ। ਬਿਲਕੁਲ, ਜਿਹੜਾ ਪਟਿਆਲੇ 'ਚ ਸਾਈਲੋ ਪਲਾਂਟ ਲੱਗਿਆ ਹੋਇਆ ਬਿਲਕੁਲ ਤੁਹਾਡੇ ਮੰਡੀ ਜਿਹੜੀ ਪਿੰਡ ਦੀ ਮੰਡੀ ਆ ਉਹਦੇ ਨਜ਼ਦੀਕ ਆ ਜੀ, ਉੱਥੇ ਪਿਛਲੀ ਵਾਰੀ ਕਿੰਨਾ ਕਮਾਲ ਗਿਆ ਹੈ, ਇਸ ਵਾਰ ਕਿੰਨਾ ਅਨੁਮਾਨ ਸੀ ਵੀ ਸਿੱਧੇ ਕਿਸਾਨ ਕਿੰਨੇ ਕੁ ਜਾਂਦੇ ਸੀ? ਦੇਖੋ ਉਹ ਜਿਹੜੇ ਗੋਦਾਮ ਨੇ ਅਸਲ ਦੇ ਵਿੱਚ ਜਦੋਂ ਬਣੇ ਨੇ, ਮੈਂ ਸੀਟਾਂ ਵਾਲੇ ਗੋਦਾਮ ਦੀ ਗੱਲ ਕਰੂੰ, ਮੇਰੇ ਨੇੜੇ ਆ ਇਹਨਾਂ ਦੇ। ਅੱਜ ਤੋਂ 2 ਸਾਲ ਪਹਿਲਾਂ ਇਹ ਰਿਪੋਰਟ ਆਈ ਵੀ ਕਿਸਾਨਾਂ ਦੀ ਫਸਲ ਸਿੱਧੀ ਉਹਦੇ ਵਿੱਚ ਪੈ ਰਹੀ ਆ, ਪਰ ਸਾਡੇ ਤੋਂ 3 ਕਿਲੋਮੀਟਰ 'ਤੇ ਆ। ਅਸੀਂ ਦੇਖਿਆ ਉੱਥੇ ਸਿੱਧੀ ਕਿਸਾਨ ਦੀ ਟਰਾਲੀ ਨਹੀਂ ਗਈ। ਇਹ ਜਿਹੜਾ ਸਰਕਾਰ ਨੇ ਅਨਾਜ ਖਰੀਦਿਆ ਸੀ ਸਰਕਾਰ ਦੇ ਸਟੋਰਾਂ 'ਚ ਪਿਆ ਸੀ, ਉਹ ਲੈ ਕੇ ਇਹਨਾਂ ਨੇ ਉਹ ਗੋਦਾਮ ਫੁੱਲ ਕਰ ਲਏ ਸੀਗੇ। ਜਦੋਂ ਅਸੀਂ ਉਹਦੀ ਤਲਾਸੀ ਲੈਣ ਵਾਸਤੇ ਗਏ ਹਾਂ ਵੀ ਦੇਖੀਏ ਕਿ ਸਾਡੀ ਕਣਕ ਸਿੱਧੀ ਜਾਂਦੀ ਆ, ਉਹਨਾਂ ਨੇ ਸਾਨੂੰ ਬਕਾਇਦਾ ਸਾਰਾ ਚੈੱਕ ਕਰਾਇਆ ਵੀ ਇਹ ਤਾਂ ਪ੍ਰਧਾਨ ਜੀ ਪਿਛਲੇ ਸਾਲ ਅਸੀਂ ਭਰਤੇ, ਨਹੀਂ ਤਾਂ 1 ਕਿਲੋ ਕਣਕ ਵੀ ਨਹੀਂ ਪੈ ਸਕਦੀ। ਇਹ ਸਰਕਾਰ ਦਾ ਖਰੀਦਿਆ ਅਨਾਜ ਪਾਇਆ ਇਹਦੇ 'ਚ, ਅਸੀਂ ਕਿਸਾਨ ਤੋਂ ਸਿੱਧਾ ਨਹੀਂ ਖਰੀਦਿਆ, ਉਹ ਤਾਂ ਸਾਡੀ ਵੀ ਸੰਤੁਸ਼ਟੀ ਹੋਈ ਆ। ਅਤੇ ਅੱਜ ਵੀ ਜਿਹੜੇ ਭਰੇ ਹੋਏ ਨੇ ਗੋਦਾਮ ਉਹ ਇਸ ਤਰੀਕੇ ਨਾਲ ਨੇ, ਉਸ ਤਰੀਕੇ ਨਾਲ ਭਰ ਲੈਣਗੇ, ਮੈਨੂੰ ਲੱਗਦਾ ਸ਼ਾਇਦ ਲੋਕਾਂ ਨੂੰ ਕੋਈ ਇਹਦਾ ਨੁਕਸਾਨ ਨਹੀਂ ਹੈ। ਬਿਲਕੁਲ, ਯਾਨੀ ਕਿ ਕਿਸਾਨਾਂ ਨੂੰ ਉਹ ਚੀਜ਼ ਦਾ ਨਹੀਂ ਕੋਈ ਇਤਰਾਜ਼, ਜੇ ਕਿਤੇ ਨਾ ਕਿਤੇ ਜੇ ਗੱਲਬਾਤ ਕਰੀਏ ਵੀ ਤੁਸੀਂ ਬੇਚਤੀ ਫਸਲ ਮੰਡੀ 'ਚੋਂ, ਉਸ ਤੋਂ ਬਾਅਦ ਸਰਕਾਰ ਲਿਜਾ ਕੇ ਉਹਦੇ ਵਿੱਚ ਰੱਖ ਦੇ ਤਾਂ ਤੁਹਾਨੂੰ ਕੋਈ ਇਤਰਾਜ਼? ਉਹਦਾ ਕੀ ਇਤਰਾਜ਼ ਹੋਣਾ, ਕਿਉਂਕਿ ਦੇਖੋ ਕਣਕ ਦੀ ਸਾਂਭ ਸੰਭਾਲ ਤਾਂ ਕਰਨੀ ਆ। ਪਹਿਲਾਂ ਸਾਡੇ ਸਟੋਰ 'ਤੇ ਜਿਨ੍ਹਾਂ 'ਤੇ ਚਾਦਰਾਂ ਪਾਈਆਂ ਹੋਈਆਂ ਤੇ ਉਹਨਾਂ 'ਚ ਅਨਾਜ ਖਰਾਬ ਵੀ ਹੁੰਦਾ ਸੀ, ਪਰ ਉਹ ਸਰਕਾਰ ਉਹ ਗੋਦਾਮਾਂ ਨੂੰ ਆਪਣੇ ਹੱਥ 'ਚ ਰੱਖੇ, ਉਹ ਪ੍ਰਾਈਵੇਟ ਅਦਾਰੇ ਨੂੰ ਨਾ ਦੇਵੇ, ਉਹਦੇ 'ਚ ਕਣਕ ਫਸਲ ਆਪਦੀ ਰੱਖੇ, ਆਪਦੇ ਮਤਲਬ ਕੰਮ ਨੂੰ ਵੀ ਹੱਥ 'ਚ ਰੱਖੇ। ਜਦੋਂ ਸਾਨੂੰ ਲੋੜ ਆ ਕਿਤੇ ਕੋਈ ਸੰਕਟ ਆਉਂਦਾ ਦੇਸ਼ ਦੇ ਉੱਤੇ, ਤਾਂ ਉਹ 'ਚੋਂ ਅਨਾਜ ਕੱਢ ਕੇ ਸਰਕਾਰ ਹੀ ਦੇਣ ਦੀ ਹੱਕਦਾਰ ਹੋਵੇ, ਨਾ ਕਿ ਪ੍ਰਾਈਵੇਟ ਘਰਾਣਾ ਕੋਈ ਉਹਦੀ ਮਤਲਬ ਵਪਾਰੀ ਕਣਕ ਮਤਲਬ ਉਹਦਾ ਵਪਾਰ ਕਰੇ, ਉਸ ਚੀਜ਼ ਤੋਂ ਸਰਕਾਰ ਗਰੇਜ ਕਰੇ। ਬਿਲਕੁਲ ਜੀ, ਸੋ ਪੰਜਾਬ ਮੰਡੀ ਬੋਰਡ ਨੇ ਆਪਣਾ ਫੈਸਲਾ ਵਾਪਸ ਲਿਆ ਕੇ ਮਾਰਕੀਟ ਕਮੇਟੀਆਂ ਦੇ ਨਾਲ ਜੋੜੇ ਗਏ ਸੀ, ਖਰੀਦ ਕੇਂਦਰ ਬਣਾਏ ਗਏ ਸੀ ਸਾਈਲੋ ਪਲਾਂਟ। ਉਸ ਤੋਂ ਬਾਅਦ ਕਿਸਾਨਾਂ 'ਚ ਕਿਤੇ ਨਾ ਕਿਤੇ ਖੁਸ਼ੀ ਆ, ਕਿਉਂਕਿ ਕਿਸਾਨ ਪਹਿਲਾਂ ਪੂਰੇ ਨਾਰਾਜ਼ ਹੋ ਗਏ ਸੀ, ਆਪਣੇ ਵੱਡੇ ਪ੍ਰਦਰਸ਼ਨਾਂ ਦੇ ਐਲਾਨ ਕਰ ਦਿੱਤੇ ਸੀ, ਅਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਨੇ ਮੰਗ ਪੱਤਰ ਵੀ ਦਿੱਤਾ ਸੀ, ਉਹਨਾਂ ਦੀ ਕੋਠੀ ਘੇਰੀ ਸੀ। ਯਾਨੀ ਕਿ ਲਗਾਤਾਰ ਆਉਣ ਵਾਲੇ ਸਮੇਂ 'ਚ ਵੱਡੇ ਪ੍ਰਦਰਸ਼ਨ ਕਰਨ ਲਈ ਕਿਸਾਨ ਤਿਆਰ ਹੋ ਗਏ ਸਨ ਕਿ ਕਿਹੜੇ ਰਸਤੇ ਪੰਜਾਬ ਸਰਕਾਰ ਚੱਲ ਪਈ, ਅਸੀਂ ਆਪਣਾ ਅਨਾਜ ਮੰਡੀਆਂ ਜਿਹੜੀਆਂ ਪਿੰਡਾਂ 'ਚ ਬਣੀਆਂ ਹੋਈਆਂ ਨੇ, ਖੁੱਲ੍ਹੀਆਂ ਮੰਡੀਆਂ ਨੇ, ਉੱਥੇ ਵੇਚਾਂਗੇ। ਜੇ ਸਰਕਾਰ ਨੇ ਲੈ ਕੇ ਜਾਣਾ ਤਾਂ ਉਸ ਤੋਂ ਬਾਅਦ ਸਾਈਲੋ ਪਲਾਂਟਾਂ 'ਚ ਲਿਜਾ ਸਕਦੀ ਹੈ। ਸੋ ਇਹ ਫੈਸਲਾ ਵਾਪਸ ਲੈ ਲਿਆ, ਤੁਹਾਨੂੰ ਵੱਡੀ ਜਾਣਕਾਰੀ ਇਹੀ ਦਿੰਦੇ ਹਾਂ ਕਿ ਸਾਈਲੋ ਪਲਾਂਟਾਂ 'ਚ ਹੁਣ ਸਿੱਧਾ ਕਿਸਾਨ ਨਹੀਂ ਲੈ ਕੇ ਜਾਣਗੇ, ਅਤੇ ਮਾਰਕੀਟ ਕਮੇਟੀਆਂ ਨਾਲ ਜਿਹੜੇ ਜੋੜੇ ਹੋਏ ਸੀ ਸਾਈਲੋ ਪਲਾਂਟ, ਉਹਨਾਂ ਦਾ ਨੋਟੀਫਿਕੇਸ਼ਨ ਸਰਕਾਰ ਨੇ ਵਾਪਸ ਲੈ ਲਿਆ ਹੈ। ਕੈਮਰਾਮੈਨ ਸੁਖਵੀਰ ਤੂਹੀ ਨਾਲ ਮਨਦੀਪ ਸਿੰਘ ਮਾਝਾ, ਸੈਂਟਰਲ ਪੰਜਾਬ ਟੀਵੀ।